ਅਮਰਦੀਪ ਹੈ ਭਾਅ ਜੀ ਮੇਰਾ ਨਾਮ ਰਿਹਾ। ਕੀ ਗੱਲਬਾਤ ਹੈ? ਅਤੇ ਗੱਲਬਾਤ ਭਾਅ ਜੀ ਇਹ ਹੋਈ ਆ ਵੀ ਆਪਾਂ ਅਮਰਕੋਟੋਂ ਆਏ ਹਾਂ, ਆਪਣੀ ਪੈਲੀ ਆ ਉੱਥੇ, ਅਤੇ ਮੱਕੀ ਆਪਾਂ ਵੱਢੀ ਸਵੇਰੇ ਆਪਾਂ ਮੰਡੀ ਹੀ ਕੱਢਣੀ। ਅੱਛਾ। ਮੁੰਡਾ ਰਿਸ਼ਤੇਦਾਰ ਆ, ਉਹਨੂੰ ਘਰੇ ਤਾਰਨਾ ਹੈ। ਅੱਛਾ। ਘਰੇ ਤਾਰਨ ਉਹਨੂੰ ਘਰੇ ਤਾਰਿਆ ਆ, ਉਹਦੇ ਦੌਰਾਨ ਉਹਦੇ ਘਰਾਂ ਕੱਢੋ ਅਸੀਂ ਜਾਣ ਡੇ ਹਾਂ, ਅਤੇ ਪਿੱਛੋਂ ਇਹ ਮੁੰਡੇ ਨੇ ਆਪਣੇ ਗੋਲੀਆਂ ਮਾਰਤੀਆਂ। ਕੌਣ ਸੀ ਮੁੰਡਾ? ਇਹ ਮੁੰਡਾ ਪਿੰਡ ਦਾ ਹੀ ਆ। ਕੀ ਨਾਂ ਸੀ? ਇਹ ਦਾਣਾ ਮੁੰਡੇ ਦਾ ਨਾਂ। ਇਹਦੇ ਨਾਲ ਆਪਣੀ ਕੋਈ ਪੁਰਾਣੀ ਕੋਈ ਲਾਗਤਬਾਜ਼ੀ ਨਹੀਂ ਹੈਗੀ, ਕੋਈ ਰੰਧਿਸ਼ ਪਕਾਉਣ ਵਾਲੀ ਕੋਈ ਕੋਈ ਚੈੱਕ ਕੋਈ ਨਹੀਂ ਆਪਣੀ ਲਾਗਤਬਾਜ਼ੀ ਦੇ ਨਾਲ ਹੈਗੀ। ਹੋਰ ਕੌਣ ਕੌਣ ਸੀ? ਇਹ ਹੀ ਨਾਲ ਇਹਦੇ ਮੁੰਡੇ ਸੀ, ਪੰਜ ਜਣੇ। ਅੱਛਾ। ਟੋਟਲੇ ਪੰਜ ਜਣੇ, ਪੰਜ ਇਹਨਾਂ ਗੋਲੀਆਂ ਮਾਰੀਆਂ, ਜਿਹਨਾਂ ਵਿੱਚ ਦੋ ਆਪਣੇ ਲੱਗੀਆਂ। ਅੱਛਾ। ਤਿੰਨ ਲਾਗੂ ਨਹੀਂ ਲੱਗੀਆਂ। ਕੀ ਪ੍ਰੋਸੈਸਿੰਗ ਕਰਦੇ? ਸਾਨੂੰ ਇਨਸਾਫ ਚਾਹੀਦਾ ਜੀ। ਜੀ ਕੀ ਨਾਂ? ਅਰਸ਼ਦੀਪ ਸਿੰਘ ਸਰ। ਕੀ ਗੱਲਬਾਤ ਹੋਈ? ਸਰ ਸਰ ਮੇਰਾ ਨਾ ਬ੍ਰਦਰ ਅਮਰਦੀਪ, ਅਤੇ ਸਾਡੇ ਨਾ ਅਮਰਕੋਟ ਵਿਖੇ ਪੈਲੀ ਆ ਮੇਰੇ ਨਾਨਕੇ ਮਾਮਾ ਜੀ ਹੋਣਾ ਦੀ, ਅਤੇ ਉੱਥੇ ਕੰਮ ਚੱਲਣ ਡਿਆ, ਮੱਕੀ ਉਹਨਾਂ ਬੀਜੀ ਸੀ, ਅਤੇ ਸਾਡੀ ਲੇਬਰ ਸਾਡੇ ਵੀਰ ਆਪਣੇ ਘਰ ਦੇ ਪਰਿਵਾਰ ਦੇ ਮੈਂਬਰ ਹੀ ਉੱਥੇ ਨਾਲ ਕੰਮ ਕੁੰਮ ਕਰਾਉਂਦੇ, ਅਤੇ ਅਸੀਂ ਉਹਨਾਂ ਨੂੰ ਰਾਤ ਮੈਂ ਅਤੇ ਮੇਰਾ ਬ੍ਰਦਰ ਘਰ ਛੱਡਣ ਆਏ, ਘਰ ਨੂੰ ਛੱਡਣ ਵਾਸਤੇ ਉਹਨਾਂ ਨੂੰ ਆਏ ਰਾਤ, ਦੋ ਮੋਟਰਸਾਈਕਲ ਪਹਿਲਾਂ ਸਾਡੇ ਕੋਲ, ਅਤੇ ਇੱਕ ਮੋਟਰਸਾਈਕਲ ਜਿਨ੍ਹਾਂ ਨੂੰ ਛੱਡਣਾ ਸੀ ਉਹਨਾਂ ਨੂੰ ਰੱਖ ਲਿਆ, ਅਤੇ ਬਾਅਦ ਅਸੀਂ ਉਹਨਾਂ ਨੂੰ ਘਰ ਛੱਡ ਕੇ ਤਕਰੀਬਨ ਰਾਤ 11 ਕੁ ਵਜੇ, ਅਤੇ ਦੋਵੇਂ ਬ੍ਰਦਰ, ਮੇਰਾ ਬ੍ਰਦਰ ਜਿਹੜਾ ਅਮਰਦੀਪ ਸਿੰਘ ਜੀ ਦੇ ਸੱਟ ਲੱਗੀ ਜੇ, ਉਹ ਮੇਰੇ ਮਗਰ ਬੈਠਾ ਸੀ ਗਲੀ 'ਚੋਂ ਨਿਕਲਿਆ, ਉਹਨਾਂ ਨੂੰ ਘਰ ਵਾੜ ਕੇ ਵੀਰ ਆਪਣੇ ਜਿਹੜੇ ਨਾਲ ਹੈਗੇ ਸੀ ਮੱਕੀ ਵੱਢਣ ਵਾਸਤੇ ਆਏ ਸੀ, ਉਹਨਾਂ ਨੂੰ ਘਰ ਤਾਰ ਕੇ ਅਸੀਂ ਆਪਣੀ ਗਲੀ 'ਚੋਂ ਨਿਕਲੇ ਹਾਂ। ਗਲੀ 'ਚੋਂ ਨਿਕਲਦਾ ਸਰ ਗਾੜੀ ਜਿਹੜਾ ਆਪਣਾ ਹੈਗਾ ਸੀ ਗੈਂਗਸਟਰ ਦਾਣਾ, ਉਹ ਖਲੋਤਾ ਸੀ ਉੱਥੇ ਆਪਣੇ ਨਾਲ, ਹੋਰ ਹੀ ਇੱਕ ਦੁਆਂਢ ਪਛਾਤੇ ਬਾਹਰ ਦੇ ਮੁੰਡੇ ਸੀ, ਅਤੇ ਆਪਣੇ ਰਿਵਾਲਵਰ ਲੈ ਕੇ ਨਜਾਇਜ਼ ਹਥਿਆਰ ਸੀ ਉਹਦੇ ਕੋਲ, ਅਤੇ ਅਸੀਂ ਉਹਦੇ ਲਾਗੂ ਮੋਟਰਸਾਈਕਲ 'ਤੇ ਨਿਕਲੇ ਹਾਂ, ਅਤੇ ਉਹਨੇ ਕੋਈ ਪੁੱਛਿਆ ਨਹੀਂ, ਗਿਛਿਆ ਨਾ, ਕੋਈ ਗੱਲਬਾਤ ਕੀਤੀ ਨਾ, ਸਾਡੀ ਕੋਈ ਉਹਨਾਂ ਪੁਰਾਣੀ ਰੰਜਿਸ਼ ਆ, ਨਾ ਹੀ ਉਹਨੂੰ ਜਾਣ ਦੇ ਨਾਲ ਲੈਣਾ ਦੇਣਾ ਸਾਡਾ ਕੋਈ ਉਹਨਾਂ, ਅਤੇ ਉਹਨੇ ਚੱਲਦੇ ਮੋਟਰਸਾਈਕਲ ਦੇ ਮਗਰਲੇ ਬੰਨੇ ਗੋਲੀਆਂ ਮਾਰਤੀਆਂ, 5-6 ਫਾਇਰ ਰਾਊਂਡ ਕੀਤੇ ਆ, ਅਤੇ ਜੋ ਕਿ ਉਹਦੇ ਨਾਲ ਦੋ ਮੇਰੇ ਭਰਾ ਦੇ ਲੱਗੇ, ਇੱਕ ਪੱਟ 'ਚ ਲੱਗਿਆ, ਇੱਕ ਮੋਢੇ ਬਾਈ ਸਾਹਿਬ 'ਤੇ ਲੱਗ ਗਿਆ ਖੱਬੇ ਬੰਨੇ, ਅਤੇ ਉਹਨੂੰ ਉਪਰੰਤ ਉੱਥੋਂ ਮੈਂ ਨਾਲ ਬਹਾ ਕੇ ਮੋਟਰਸਾਈਕਲ 'ਤੇ ਜਦੋਂ ਵੱਜੀ ਗੋਲੀ ਸਿੱਧਾ ਹੀ ਉਸ ਕਲਮਰ ਦੀ ਦਾਖਲ ਕੀਤਾ ਜੇ, ਅਤੇ ਉਦੋਂ ਦਾ ਉਹ ICU 'ਚ ਵੀ। ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਆਇਆ? ਪੁਲਿਸ ਪ੍ਰਸ਼ਾਸਨ ਵੱਲੋਂ ਵੀਰ ਜੀ ਇੱਕ ਦੀ ਭਾਅ ਜੀ ਹੋਣੀ ਆਏ ਆ, ਥਾਣੇਦਾਰ ਸਾਹਿਬ, ਮੈਨੂੰ ਉਹਨਾਂ ਦਾ ਨਾਂ ਨਹੀਂ ਪਤਾ, ਮਤਲਬ ਮੈਂ ਇੱਥੇ ਨਹੀਂ ਜਾਂ ਹੈਗਾ ਸੀਗਾ, ਇੱਕ ਵਾਰੀ ਹਾਂਜੀ ਇੱਕ ਵਾਰੀ ਮੈਂ ਹੈਗਾ ਸੀ, ਇੱਕ ਵਾਰੀ ਮੈਂ ਨਹੀਂ ਹੈਗਾ ਜਦੋਂ ਸਰ ਆਏ ਆ, ਅਤੇ ਦੋ ਵਾਰੀ ਆਏ ਤਾਂ ਬਿਆਨ ਨਹੀਂ ਲੈ ਕੇ ਗਏ ਆਪਣੇ। ਠੀਕ ਹੈ। ਅਤੇ ਜਦੋਂ ਵੀ ਆਉਂਦੇ ਕਹਿੰਦੇ ਵੀ ਅਗਲੇ ਦਿਨ ਲੈ ਕੇ ਜਾਵਾਂਗੇ। ਕੀ ਪ੍ਰਸ਼ਾਸਨ ਤੋਂ ਮੰਗ ਕਰਦੇ? ਪ੍ਰਸ਼ਾਸਨ ਤੋਂ ਮੰਗ ਭਾਅ ਜੀ ਵੇਖੋ, ਕੋਈ ਨਜਾਇਜ਼ ਹੋਈ ਜਾਂ ਸਾਡੇ ਲੋਕ ਕੋਈ ਗਾਲ ਮੰਦਾ, ਨਾ ਕੋਈ ਇੰਨਾ ਲੈਣਾ ਦੇਣਾ, ਨਾ ਕੋਈ ਗੱਲ ਨਹੀਂ ਹੋਈ ਸਾਡੀ ਇੱਕ ਦੂਜੇ ਨਾਲ, ਅਤੇ ਨਜਾਇਜ਼ ਹੀ ਮੋਟਰਸਾਈਕਲ ਚੱਲਦੇ ਮਗਰ ਉਹਨੇ ਗੋਲੀਆਂ ਮਾਰਤੀਆਂ। ਹਾਂ, ਸਾਡੀ ਇਹੋ ਮੰਗ ਆ, ਪਤਨੀ ਉਹਨੇ ਕਾਹ ਤੋਂ ਮਾਰੇ ਕਾਹ ਤੋਂ ਨਹੀਂ, ਪੁਲਿਸ ਪ੍ਰਸ਼ਾਸਨ ਤੋਂ ਇਹੋ ਮੰਗ ਆ ਵੀ ਜਿਹੜੀ ਸਾਡੇ ਨਾਲ ਘਟਨਾ ਵਾਪਰੀ ਆ, ਜੋ ਵੀ ਸਾਡੇ ਨਾਲ ਘਾਟਾ ਹੋਇਆ ਆ, ਸਾਨੂੰ ਇਨਸਾਫ਼ ਦਿੱਤਾ ਜਾਵੇ, ਜੇ ਸਾਡੀ ਗਲਤੀ ਆ ਤਾਂ ਸਾਨੂੰ ਦੰਡ ਦਿੱਤਾ ਜਾਵੇ, ਜੇ ਉਹਦੀ ਗਲਤੀ ਤਾਂ ਉਹਨਾਂ ਨੂੰ ਦੰਡ ਦਿੱਤੀ। ਜੀ 31 ਤਰੀਕ ਦੀ ਗੱਲ ਹੈਗੀ ਹੈ, ਦੇਵੀਦਾਸਪੁਰ ਇੱਕ ਅਮਰਦੀਪ ਸਿੰਘ ਲੜਕਾ ਜਿਹੜਾ ਆਪਣੇ ਕਿਸੇ ਹੋਰ ਸਾਥੀ ਦੇ ਨਾਲ ਅਮਰਕੋਟ ਵੱਲ ਨੂੰ ਆ ਰਿਹਾ ਸੀਗਾ, ਅਤੇ ਰਸਤੇ ਦੇ ਵਿੱਚ ਇੱਕ ਰਾਹੁਲ ਉਰਫ ਦਾਣਾ ਨਾਮ ਦਾ ਵਿਅਕਤੀ, ਇੱਕ ਬੁੱਧ ਨਾਮ ਦਾ ਵਿਅਕਤੀ, ਇਹਨਾਂ ਨੇ ਇਹਨਾਂ ਦੇ ਉੱਤੇ ਫਾਇਰ ਕੀਤੇ ਹੈ। ਦੋ ਗੋਲੀਆਂ ਦੇ ਫਾਇਰ ਇਹਦੇ ਉੱਤੇ ਲੱਗੇ ਹੈ, ਅਤੇ ਅਮਰਦੀਪ ਦੇ ਉੱਤੇ ਇੱਕ ਗੋਲੀ ਜਿਹੜੀ ਉਹਦੇ ਪੱਟ 'ਚ ਲੱਗੀ ਹੈ, ਇੱਕ ਉਹਦੇ ਮੋਢੇ 'ਤੇ ਲੱਗੀ ਹੈ, ਅਤੇ ਇਸ ਬਾਬਤ ਪਹਿਲਾਂ ਇਹਨੂੰ ਹਸਪਤਾਲ ਲਿਜਾਇਆ ਗਿਆ, ਉੱਥੇ ਜਾ ਕੇ ਫਿਰ ਇਹਦੇ ਜਦੋਂ ਉਹਨਾਂ ਨੇ ਜਨਮ ਦਿੱਤੇ ਹੈ, ਅਤੇ ਮਦਈ ਦੇ ਬਿਆਨਾਂ ਦੇ ਉੱਤੇ ਪਰਚਾ ਉੱਤੇ ਦਰਜ ਕੀਤਾ ਗਿਆ 307 ਸੈਕਸ਼ਨ ਦੇ। ਹਾਂਜੀ, ਇਹਨਾਂ 'ਤੇ ਪਹਿਲਾਂ ਵੀ ਦਾਣੇ 'ਤੇ ਮੁਕੱਦਮੇ ਹੈਗੇ ਨੇ, 5 ਮੁਕੱਦਮੇ ਦਾਣੇ 'ਤੇ ਹੈਗੇ ਨੇ ਪਹਿਲਾਂ ਵੀ, ਔਰ ਇਹ ਅੰਮ੍ਰਿਤਸਰ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਆਇਆ ਹੋਇਆ ਸੀ। ਇਹਦੇ ਬਾਵਜੂਦ ਵੀ ਇਹ ਕਾਰਵਾਈਆਂ ਇੰਨੀਆਂ ਵੱਡੀਆਂ ਕਾਰਵਾਈਆਂ ਨਾਲ ਹੱਥ ਪਾ ਰਹੇ ਆ ਜਾਂ ਕੀ ਕਾਰਨ? ਦੇਖੋ, ਇਹ ਐਕਚੁਅਲ ਕ੍ਰਿਮੀਨਲ ਪਹਿਲਾਂ ਵੀ ਇਹਦੇ 'ਤੇ ਜਿਹੜੇ ਮੁਕੱਦਮੇ 307 ਦੇ ਜਾਂ ਆਮ ਸੈਕਟ ਦੇ ਮੁਕੱਦਮੇ ਪਹਿਲਾਂ ਵੀ ਹੈਗੇ ਨੇ, ਔਰ ਇਸ ਹੁਣ ਆਹ ਵਾਲਾ ਮੁਕੱਦਮਾ ਵੀ ਇੱਥੇ ਆਮ ਸੈਕਟ 307 ਦਾ ਮੁਕੱਦਮਾ ਦਰਜ ਹੋਇਆ ਵਾ, ਔਰ ਛੇਤੀ ਤੋਂ ਛੇਤੀ ਨੂੰ ਗ੍ਰਿਫਤਾਰ ਕਰਕੇ ਦੁਬਾਰਾ ਜੇਲ੍ਹ 'ਚ ਭੇਜਿਆ ਜਾਊਗਾ।